ਇਸ ਤੋਂ ਇਸ ਤਰ੍ਹਾਂ ਕਰ ਕਰਕੇ ਉਹ ਜਗਾਇਓ, ਜਿਸ ਨੇ ਇਸ ਤਰ੍ਹਾਂ ਕਰ ਕਰਕੇ ਉਹ ਜਗਾਇਓ ਬੱਚਾ। ਅੱਛਾ ਜੀ, ਫਿਰ ਛੁੱਟੀਆਂ ਪੜ ਜਾਏਗੀ, ਪੇਪਰ ਖਤਮ ਹੋ ਜਾਏਗਾ, ਫਿਰ ਛੁੱਟੀਆਂ ਪੜ ਜਾਏਗੀ, ਘਰ ਚਲੇ ਜਾਏਗਾ। ਘਰ ਕੰਮ ਪੇ ਤੇਰਾ ਬਸ ਦੋ ਚਾਰ ਦਿਨ ਦੱਸ ਦੇਗਾ। ਦੇਖੋ ਗੱਲ ਕਰਨ ਲਈ ਦੇਖੋ ਕਿਉਂ ਹੁਆ ਕਿਉਂ ਹੁਆ, ਹਲਾ ਜਾ ਹਲਾ ਜਾ ਲੈ। ਅਸਲਾਮ ਕੇ ਦੋਸਤੋ, ਉਮੀਦ ਤਬ ਸਾਰਾ ਖੈਰੀਤ ਨਾਲ ਹੈਗਾ ਤੇ ਥਾਰੀ ਦੁਆਇਆ ਨਾ ਉਹ ਵੀ ਬਿਲਕੁਲ ਖੈਰੀਤ ਨਾਲ ਲਾ। ਤੇ ਦੋਸਤੋ ਅੱਜ ਰਮਜ਼ਾਨ ਨੂੰ ਪੰਜਵਾਂ ਰੋਜ਼ਾ ਤੇ ਮੇਰੀ ਤਰਫ ਰਮਜ਼ਾਨ ਕਾ ਪੰਜਵਾਂ ਰੋਜ਼ਾ ਬਹੁਤ ਬਹੁਤ ਮੁਬਾਰਕ। ਤੇ ਦੋਸਤੋ ਟਾਈਮ ਇਸ ਲਈ ਚਾਰ ਦਾ, ਦੋਸਤੋ ਅੱਜ ਸਾਰ ਤੋਂ ਪਹਿਲਾਂ ਜਾਗਿਓ ਵਾ। ਦੋਸਤੋ ਕੱਲ ਥੋੜਾ ਲੇਟ ਹੋ ਗਏ ਤੋ, ਫਿਰ ਉਸ ਤੋਂ ਬਾਅਦ ਦੋਸਤੋ ਅਕਸਰ ਦੇ ਸੱਦ ਨੇ ਜਗਾਇਆ ਤੋ, ਪਰ ਦੋਸਤੋ ਅੱਜ ਪਹਿਲਾਂ ਜਾਗਿਓ ਵਾ। ਸੱਦ ਵੀ ਦੋਸਤੋ ਮਸਾਂ ਮਸਾਂ ਮੈਂ ਜਗਾਈ ਵਾ ਗਈ ਬਾਹਰ। ਤੇ ਦੋਸਤੋ ਅਕਸਰ ਸੁੱਤੀ ਵੀ ਮਸਤ ਹੋ ਗਿਆ। ਤੇ ਦੋਸਤੋ ਅੱਜ ਵੀਡੀਓ ਬਹੁਤ ਮਸਤ ਜ਼ਬਰਦਸਤ ਹੈ। ਅੱਜ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਛੱਡਿਓ, ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਔਰ ਸੁਣਾ ਸੁਣਾ ਕਮੈਂਟ ਕਰਿਓ। ਤੇ ਦੋਸਤੋ ਚਲੋ ਫਿਰ ਅੱਜ ਵਲੌਗ ਸਟਾਰਟ ਕਰਾਂ। ਤੇ ਦੋਸਤੋ ਫਾਈਨਲੀ ਤਰੂ ਕਸੀਟ ਕਰ ਗਏ, ਸੱਦ ਵੀ ਜਾ ਗਈ ਹੈ। ਤੇ ਅੱਜ ਦੋਸਤੋ ਉਸ ਤੋਂ ਪਹਿਲਾਂ ਜਾ ਗਏ ਤੋ ਤੇ ਮੈਂ ਹੀ ਜਗਾਈ ਆ ਸੱਦ। ਅੱਜ ਨਹੀਂ ਸੀ ਜਾਗ ਲੱਗੇ ਤਿੰਨੇ? ਨਹੀਂ ਹੈ ਉਹ ਕੀ ਅਲਿਆ ਸੁੱਤੀ। ਅੱਛਾ ਜੀ, ਕੱਲ ਤੂੰ ਮੇਰੇ ਤੋਂ ਪਹਿਲਾਂ ਜਾਗ ਗਈ ਸੀ ਨਾ? ਹਾਂ ਕੱਲ ਜਲਦੀ ਸੁੱਤੀ ਨਹੀਂ? ਹਾਂ ਤੇ ਅੱਜ ਕਿਉਂ ਨਹੀਂ ਸੁੱਤੀ ਜਲਦੀ? ਫਿਰ ਅੱਖ ਨਹੀਂ ਸੌਂ ਦਿੱਤੀ? ਤੇ ਅਕਸਰ ਦੋਸਤੋ ਮਸਤ ਹੋ ਗਿਆ ਸੁੱਤੀ ਵੀ ਹੈ। ਤੇ ਸੱਦ ਹੀ ਦੇਖੋ ਕੀ ਕਰਨ ਲੱਗ ਪਈ, ਕੀ ਕਰਾਈ ਹੁਣ? ਹਾਂ ਜਲਦੀ ਕਰਨਾ ਜੀ, ਜਲਦੀ ਕਰ, ਲੇਟ ਹੋ ਗਿਆ, ਲੇਟ ਹੋ ਗਈ। ਗੱਲ ਸੁਣ, ਮੈਨੂੰ ਕਮੈਂਟ ਆ ਗਿਆ ਥਾ, ਇਹ ਸੱਦ ਫਿਰ ਕਿਉਂ ਸਾਰਾ ਕੰਮ ਕਰੇ? ਦੱਸ ਜਨਤਾ ਜਵਾਬ ਚਾਹ, ਸਾਰਾ ਕਰੇ ਨਾ। ਹੁਣ ਵੀਡੀਓ ਮੈਂ ਤੂੰ ਹੀ ਆ ਗਿਆ ਤੇ ਫਿਰ ਤੂੰ ਹੀ ਦੀ ਸਹੀ ਨੇ ਵੀਡੀਓ ਹੈ ਨਾ, ਹੈ ਯਹੀ ਗੱਲ ਹੈ ਜੀ, ਹੋਰ ਕੋਈ ਗੱਲ ਹੈ? ਹੈਂ ਫੁਲਕਾ ਨਹੀਂ ਬਣਾਉਣਾ? ਬਣਾਉਣਾ ਜੀ ਫੁਲਕਾ, ਬਜਾਏ ਬਣਾ। ਅੱਛਾ ਜੀ, ਇੱਕ ਦਿਨ ਤੂੰ ਬਣਾਵੇ, ਇੱਕ ਦਿਨ ਵੇ, ਕਦੇ ਤੂੰ ਕਦੇ ਵੇ, ਹੈ ਨਾ? ਮਿਕਸ ਹੀ ਹੈ ਨਾ, ਹੈਂ ਹੋਰ ਕੋਈ ਦਿੱਕਤ ਤਾਂ ਨਹੀਂ? ਨਹੀਂ ਕੋਈ। ਚੱਲ ਠੀਕ ਹੈ ਫਿਰ, ਕਰ ਤਿਆਰੀ ਤੂੰ ਸਰ ਗਈ। ਦੇ ਦੋਸਤੋ ਇੰਗਾ ਦੇਖੋ, ਅਕਸਰ ਕਿਰਾ ਮਾਸਟ ਹੋ ਗਿਆ ਸੁੱਤੀ ਵੀ ਹੈ। ਨਸ਼ੀ ਫੁੰਡੀ, ਉਹ ਨਸ਼ੀ ਫੁੰਡੀ ਰੋਜ਼ ਨਹੀਂ ਰੱਖਣੋ, ਉੱਠ ਸਰਗੀ ਖਾ। ਹੈਂ ਦੋਸਤੋ ਮਾਸਟ ਹੋ ਗਿਆ ਸੁੱਤੀ ਵੀ, ਤਾਂ ਇਸ ਨਾਲ ਸੌਂਦੇ ਤਾਂ ਚਲੋ ਫਿਰ ਹਮ ਸਰਗੀ ਖਾ ਲਿਆ। ਤੇ ਦੋਸਤੋ ਫਾਈਨਲੀ ਸਰਗੀ ਖਾ ਲਈਏ ਤੇ ਨਮਾਜ਼ ਵੀ ਪੜ੍ਹ ਲਈਏ ਤੇ ਟਾਈਮ ਇਸਲੇ ਹੋ ਗਿਆ ਕੋਈ 6:30। ਤੇ ਦੋਸਤੋ ਬਹੁਤ ਜ਼ਿਆਦਾ ਨੀਂਦ ਚੜੀ ਹੈ ਤਾਂ ਹੁਣ ਤਾਂ ਆਪਣਾ ਸਵੇਰੇ ਹੀ ਮਿਲਾਂਗਾ, ਤੇ ਚਲੋ ਫਿਰ ਸੋਵਾਂ। 2000 ਯੀਅਰਸ ਲੇਟ। ਮਲੀ ਮਲੀ ਕੋ ਗਲਤੀ ਹੈ, ਜੋ ਵੀਡੀਓ ਬਣਾ ਲਈ ਤਿੰਨ ਤੋਸ਼ ਕੇ ਬਾਅਦ ਜਾਏਂਗੇ ਗੁੰਮੇ ਹੋਗੇ ਨੇ, ਠੀਕ ਹੈ। ਤੇ ਦੋਸਤੋ ਟਾਈਮ ਇਸਲੇ ਹੋ ਗਿਆ ਕੋਈ 1 ਦੇ ਮਸੇ ਹੀ ਜਾਗਿਓ ਤੇ ਸਰਗੀ ਖਾ ਕੇ ਸੁੱਤੋ ਤੋ। ਤੇ ਉਸ ਤੋਂ ਬਾਅਦ ਦੋਸਤੋ ਮਸੇ ਹੀ ਜਾਗਿਓ ਤੇ ਇੱਕ ਦੇਖੋ ਅਕਸਰ ਨਹੀਂ ਜਗਾਇਆ ਹੋਊ ਅੱਜ। ਬੈਠੀ ਵੀ ਸੀ ਤਾਂ ਤੰਗ ਕਰ ਰਹੀ ਸੀ ਮੈਨਾਂ, ਤਾਂ ਮੇਕੇ ਬਾਅਦ ਥੋੜੀ ਜਿਹੀ ਵੀਡੀਓ ਬਣਾ ਲਿਆ ਤੇ ਵੀਡੀਓ ਮੈਂ ਦੇਖ ਕੇ ਤਾਂ ਕਿਆ ਕਰ ਲਈ। ਅਕਸ਼ੂ ਕੇ ਸ਼ਮਾਇਲ ਕਰਤੀ ਹੈ, ਅਕਸ਼ੂ ਲੋਈ 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 ਕੈਸੀ ਗਲਤੀ ਹੈ, ਅਕਸ਼ੂ ਮਿਓ ਮਿਓ ਕੈਸੀ ਗਲਤੀ ਹੈ, ਅਕਸ਼ੂ ਮੋਏ ਮੋਏ ਕੈਸੀ ਬੋਲਤੀ ਹੈ, ਅਕਸ਼ੂ ਡਾਂਟ ਕੈਸੀ ਗਲਤੀ ਹੈ। ਦੱਸੋ ਸਾਰਾ ਸਟੈਪ ਕਰੇ, ਦਾਦੂ ਕੈਸੀ ਕੁਛ ਕਰਤੇ ਹੈ, ਸਭ ਕੁਛ ਬਤਾ ਦੀ। ਅਕਸ਼ੂ ਕਾ ਨੋਸ਼ ਕਾਮ ਪੇ, ਅਕਸ਼ੂ ਨੋਨੋ ਕੈਸੇ ਬੋਲਤੀ ਹੈ, ਨੋਨੋ ਕੈਸੇ ਬੋਲਤੀ ਹੈ,
नो नो अच्छा जी अक्षु अबू को कैसे मालूम है गलती है कैसे बोलती है माँ अक्षु ठीक है कैसे बोलती है अक्षु बश कैसे बोलती है बश बच ठीक है ठीक है ठीक है ठीक ठीक इतनी खेडी खेडी तो दोस्तों मैंने आज भी नींद चढ़ी हुई थी तो वो जागू नहीं था अक्सर मेरा बाल खींचे इस तरह करके बाल खींचे ना फिर दोस्तों मैंने जागलो पे ओ ये भाई भाई दोस्तों इस तरह कर करके वो जगा आज इसने इस तरह कर करके वो जगाया हुआ ये बच्चा बुरी हालत कर गई मेरे यार बस ਅਬੂ ਕਿਸ਼ ਕਲੋ ਅਬੂ ਕਿਸ਼ ਕਲੋ ਕਿਸ਼ ਕਲੋ ਬਸ ਹੋ ਗਈ ਨਾ ਮਾਲੀ ਮਾਲੀ ਹੋ ਗਈ ਨਾ ਅਕਸ਼ੂ ਬਹੁਤ ਹੋ ਗਈ ਨਾ ਯਾਰ ਬਸ ਕਰਨ ਬਸ ਬਸ ਕਿਸ਼ ਕਲੋ ਫਿਰ ਚਲਦੇ ਬਾ ਬਾਈ ਤੇ ਆ ਜੀ ਮੇਰੇ ਦੋਸਤ ਚੱਕ ਮਾਰ ਲਈ ਇਹਨੇ ਦੇਖੋ ਇਤਨਾ ਗੁੱਸਾ ਕਿਉਂ ਆ ਗਿਆ ਇਤਨਾ ਗੁੱਸਾ ਕਿਉਂ ਆ ਗਿਆ ਬਸ ਬਸ ਬਾਈ ਗੁੱਸਾ ਨਿਕਲਤਾ ਅੰਨ ਨਿਕਲਤੀ ਅੰਨ ਅੰਨ ਅਬੂ ਕਿਸ਼ ਕਲੋ ਫਿਰ ਗੋਮੀ ਗੋਮੀ ਕਰਨੇ ਫਿਰ ਗੋਮੀ ਗੋਮੀ ਕਰਨੇ ਜਾਏਂਗੇ ਕਿਸ਼ ਕਲੋ ਅਬੂ ਕਿਸ਼ ਕਲੋ ਫਿਰ ਗੋਮੀ ਗੋਮੀ ਚੇਂਗੇ ਤੇ ਦੋ ਚੱਕ ਮਾਰ ਲਈ एक किश करो फिर घूम घूम करने जाएंगे एक किश करो बस बस बोलो एक बार वहां पे बोलो बाय बाय करो बाय बाय करो अम्मा जी के कर रहा है वेला बैठा भी है रजो के सवाल है किरा के सवाल है अच्छा इजान गल शल कर गए या सबक दस गए सारा कुछ आवे हाँ तो ईजान इधर देखो क्या हाल है आपका ठीक हो रोजा रखा था आज नहीं क्यों मम्मा ने बोला था छोटे बच्चे नहीं रखते अच्छा छोटे बच्चे नहीं रखते रोजा अच्छा जी जब तू बड़ा हो गया फिर रखना ठीक है ओके क्या पढ़ रहे आज रेबे रब उर्दू का तो पेपर कब है उर्दू का कल कल है हिंदी का कैसे हुआ था हिंदी का मुझे आया ही नहीं वो क्यों भूल गया हाँ भूल गया था अच्छा जी बताया नहीं किसी ने परसों फिर मैथ का है फिर मैं घर चले जाऊंगा अच्छा जी फिर छुट्टियां पड़ जाएगी हाँ पेपर खत्म हो जाएगा फिर छुट्टियां पड़ जाएगी घर चले जाएगा हाँ कितने दिन घर काम पे तेरा मेंडर हाँ मेंडर जाएगा अच्छा जी तुम क्या पूछा था फिर ईद करके आएगा वापस हाँ फिर ईद करके आएगा रोजे रखेगा ईद करेगा खत्म भी देख के आएगा अच्छा जी बड़ा प्लान है मम्मी इसका है ये 100 रुपया का हर आपका जाएगा सोचा लो ये ना है ना दादी दादा होंगे ना ऐसा कार उन्होंने ज्यादा बनाई सी है ना ये पीछे जो बच्चे जो चीज सोचते रहे ना वही दस है ना ये सोचते रहे पेपर खत्म है फिर कार जाऊंगा मैं वही कुछ ही दस है इसलिए मैं ना और तुमने कहा जाना कार अच्छा जी कैसे रहे आज रोजा थारो अज तो कोई सोच जा लगा है ना की तैयारी की है रोजा ही अज कोई नहीं की अच्छा जी लस्सी बनाई नहीं अज नहीं बनाई ओके करो रेस्ट अज तो दोस्तों टाइम इसलिए हो गया कोई 6 डैडी जी और भी ड्यूटी तो आ गए जिसे दोस्तों डैडी जी और ड्यूटी तो आया दे अक्सर दे हलीमा डैडी पीछे पै गए ते इंगे देखो डैडी जी और इसलिए खेड लो अक्सर ना दे हलीमा भाई हिमू ददू आ गए ए क्यों बोलो क्यों हुआ क्यों हुआ क्यों हुआ
ਡੈਡੀ ਜੀ ਕੈਸੇ ਰਹੇ ਅੱਜ ਰੋਜ਼ਾ ਥਾਰੋ? ਬੜਾ ਅੱਛਾ ਮਸਤ। ਅੱਛਾ ਜੀ, ਹਾਂ ਗਰਮੀ ਹੋਈ ਕੋਈ ਨਹੀਂ? ਗਰਮੀ ਨਹੀਂ ਅਜੇ ਨਹੀਂ ਖਾਸ। ਤੂੰ ਨਾ ਜੀ ਸਵੈਟਰ ਲਾਈ ਵੀ ਹੈ? ਗਰਮੀ ਤੋਂ ਹੀ ਨਹੀਂ। ਹਾਂ ਤੂੰ ਸਵੈਟਰ ਨਹੀਂ ਛੋੜਦਾ ਜੀ? ਵੇ ਸਵੈਟਰ ਨਹੀਂ ਛੋੜਦਾ ਅਜੇ ਲੱਗੇ ਹਫਤੇ ਕਿ ਨਹੀਂ? ਬਸ ਦੋ ਚਾਰ ਦਿਨ ਹੋ ਗਏ। ਦੱਸ ਦੇਗਾ ਦੇਖੋ ਗੱਲ ਕਰਨ ਲਈ ਦੇਖੋ ਕਿਉਂ ਹੁਆ ਕਿਉਂ ਹੁਆ। ਹਲਾ ਜਾ ਹਲਾ ਜਾ ਲੈ ਪਾਪਾ ਨਹੀਂ ਆਇਆ ਵੀ ਪਾ ਜਾ 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 ਤੇ ਕੀ ਜਾਣੂ ਤਾਂ ਮਾਇਆ ਸਰ ਥੋੜੀ ਕੋਈ ਪੰਜ ਇੱਕ ਮਿੰਟ ਖੁਸ਼ ਹੋਈ ਤਾਂ ਦੁਬਾਰਾ ਕਦੋਂ ਕੀ ਕਰਨ ਲੱਗ ਪਈ ਹੈ ਨਹੀਂ ਖੁਸ਼ ਹੋਤੀ ਹੈ ਜੀ ਇਹ ਪੰਜ ਮਿੰਟ ਦੀ ਖੁਸ਼ੀ ਹੈ ਨਾ ਜਦੋਂ ਤਾਂ ਮਾਇਆ ਸਰ ਕਿੰਨੀ ਖੁਸ਼ ਹੋ ਗਈ ਸੀ ਇਹ ਇਹਨਾਂ ਦਾ ਨਵਾਂ ਨਵਾਂ ਬੰਦੋ ਲੋੜੇ। ਅੱਛਾ ਜੀ ਪੰਜ ਪੰਜ ਮਿੰਟ ਬਾਅਦ ਹਾਂ ਹੋਰ ਕੀ ਕਹਿਣਾ ਚਾਹੋ ਤਾਂ ਫਿਰ ਰੋਜ਼ਾ ਬਾਰਾ ਮਾ ਰੋਜ਼ਾ ਬਾਰਾ ਮਾ ਕੀ ਰੋਜ਼ਾ ਬੜਾ ਸੋਹਣਾ ਜੇ ਲਗਾ ਫਸਟ ਕਲਾਸ ਭਾਈ ਰੋਜ਼ਾ ਹੋ ਗਿਆ ਪਤਾ ਹੀ ਨਹੀਂ ਚੱਲਿਆ ਹੈ ਚੱਲੇ ਪਤਾ ਥੋੜਾ ਬੁੱਝ ਚਲੋ ਠੀਕ ਹੈ ਫਿਰ ਕਰੋ ਰੈਸਟ। ਤੇ ਦੋਸਤੋ ਫਾਈਨਲੀ ਇਫਤਾਰੀ ਵੀ ਕਰ ਲਈਏ ਤਾਂ ਉਸ ਤੋਂ ਬਾਅਦ ਦੋਸਤੋ ਨਮਾਜ਼ ਵੀ ਪੜ੍ਹ ਲਈਏ ਤੇ ਰੈਸਟ ਵੀ ਕਰ ਲਈਏ ਤੇ ਦੋਸਤੋ ਪਤਾ ਨਹੀਂ ਚੱਲਿਓ ਭਾਈ ਰੋਜ਼ਾ ਹੋ ਗਿਆ ਤੇ ਮਹੀਨਾ ਤਾਂ ਬਿਲਕੁਲ ਵੀ ਨਹੀਂ ਪਤਾ ਚੱਲਿਓ। ਦੋਸਤੋ ਤੁਹਾਨੂੰ ਕਿਹੜਾ ਏਰੀਆ ਮਰਿਆ ਲਾਈ ਤੇ ਉਹ ਕੈਸਾ ਮੌਸਮ ਹੈ ਗਰਮੀ ਲੱਗੇ ਜਾਂ ਫਿਰ ਨਹੀਂ ਜਾਂ ਫਿਰ ਤੀਸ ਲੱਗੇ ਜਾਂ ਫਿਰ ਭੁੱਖ ਲੱਗੇ ਥਾਰਾ ਰੋਜ਼ਾ ਕੈਸਾ ਚੱਲ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਵੀਡੀਓ ਨੇ ਇੱਥੇ ਕਰਾ ਖਤਮ। ਅੱਜ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੀਓ ਸ਼ੇਅਰ ਕਰੀਓ ਔਰ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੀਓ। ਗੁੱਜਰ ਜ਼ਿੰਦਾਬਾਦ ਬਾਕੀ ਸਭ ਜ਼ਿੰਦਾਬਾਦ ਤੁਰੂਰੂਰੂ।